ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮਰੀ ਸ਼ਾਰਟਲੇ ਵਜਨ ਦੇਖ ਰਹੇ ਹੋ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਬਹੁਤ ਵਧੀਆ ਰਿਹਾ ਸਵੇਰ ਦੇ ਵੇਲੇ ਤੋਂ ਲੈ ਕੇ ਆਥੜ ਦੇ ਵੇਲੇ ਤੱਕ ਧੁੱਪ ਨਿਕਲੀ ਸੋਹਣੀ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਇਸੇ ਰਹਿਣਾ ਰਾਤ ਦੇ ਵੇਲੇ ਠੰਡ ਹੌਲੀ 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 ਵੱਧ ਰਹੀ ਹੈ ਤੇ ਵੈਸੇ ਇਤਕੀ ਲੇਟ ਲਤੀਫੀ ਦੀ ਸ਼ਿਕਾਰ ਹੈ ਤਾਂ ਨਵੰਬਰ ਮਹੀਨਾ ਦੇ ਵਿੱਚ ਜ਼ੋਰਦਾਰ ਕੜਾਕੇਦਾਰ ਠੰਡ ਸ਼ੁਰੂ ਹੋ ਜਾਂਦੀ ਹੈ ਪਰ ਅਤਕੀ ਠੰਡ ਦੀ ਆਮਦ ਹਾਲੇ ਸ਼ੁਰੂ ਹੋਈ ਹੈ ਤੇ ਜਿੰਨੀ ਲੇਟ ਠੰਡ ਪਾਉਗੀ ਓਨੀ ਲੇਟ ਜਾਊਗੀ ਵੀ ਲੱਗਦਾ ਇਹ ਹੈ ਵੀ ਅਤਕੀ ਫਰਵਰੀ ਦੇ ਅੰਤ ਤੱਕ ਤਾਂ ਠੰਡ ਰਹੂਗੀ ਰਹੂਗੀ ਮਾਰਚ ਦੇ ਵਿੱਚ ਵੀ ਅਤਕੀ ਹੋ ਸਕਦਾ ਵੀ ਠੰਡ ਦਾ ਜ਼ੋਰ ਹੋਵੇ ਕਿਉਂਕਿ ਜਿੰਨੀ ਲੇਟ ਆਊਗੀ ਓਨੀ ਲੇਟ ਜਾਊਗੀ ਵੀ ਬਾਕੀ ਵਕਤ ਰਸੂ ਬਣਦਾ ਕੀ ਹੈ ਪਰ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣ ਦੀ ਆਸ ਪ੍ਰਗਟਾਈ ਗਈ ਹੈ ਪਹਿਲੀ ਜਿਹੜੀ ਵੱਡੀ ਖਬਰ ਹੈ ਉਹ ਪੰਜਾਬ ਦੇ ਗਨ ਕਲਚਰ ਨਾਲ ਸੰਬੰਧਤ ਹੈ ਪੰਜਾਬ ਦੇ ਵਿੱਚ ਬੰਦੂਕਾਂ ਦੀ ਸ਼ਕੀਨ ਬਹੁਤ ਹੈ ਪੰਜਾਬ ਦੇ ਵਿੱਚ ਨਿਫੇ ਦੇ ਵਿੱਚ ਰਵਾਲਵਰ ਤੁਨ ਕੇ ਤੇ ਫੰਨੇ ਖਾ ਸਮਝਣ ਵਾਲੇ ਲੋਕਾਂ ਦੀ ਘਾਟ ਵੀ ਨਹੀਂ ਉਹਨਾਂ ਦੇ ਵਿੱਚੋਂ ਕਈ ਲੋਕ ਤਾਂ ਉਹ ਆ ਜਿਨ੍ਹਾਂ ਨੂੰ ਸੱਚੀ ਮੁੱਚੀ ਸੁਰੱਖਿਆ ਚਾਹੀਦੀ ਆ ਪਰ ਬਹੁਤੇ ਉਹ ਆ ਜਿਹੜੇ ਕਿ ਫੁਕਰਗਰਦੀ ਦੇ ਸ਼ਿਕਾਰ ਆ ਜਿਹੜੇ ਕਿ ਹੋਛੇ ਆ ਜਿਹੜੇ ਕਿ ਬੰਦੂਕ ਦਿਖਾ ਕੇ ਤੇ ਟੌ ਟੱਪਾ ਜਾ ਪੇਸ਼ ਕਰਦੇ ਵੀ ਪਾਈ ਸਾਡੇ ਵਰਗਾ ਖਾਣ ਆ ਇਸ ਗੱਲ ਦੇ ਉੱਤੇ ਕਾਂਗਰਸ ਦੇ ਵੱਲੋਂ ਵੱਖਰੀ ਪ੍ਰਤੀਕਿਰਿਆ ਦਿੱਤੀ ਗਈ ਆ ਸਤਾਧਾਰੀ ਧਿਰ ਦੀ ਸੋਚ ਵੱਖਰੀ ਆ ਤੇ ਪੰਜਾਬ ਦੇ ਲੋਕਾਂ ਦੀ ਸੋਚ ਅੱਧਿਆਂ ਦੀ ਉਧਰਲੇ ਪਾਸੇ ਆ ਅੱਧਿਆਂ ਦੀ ਉਧਰਲੇ ਪਾਸੇ ਆ ਜਾਨੀ ਕਿ ਅੱਧੇ ਕੇ ਗੱਲ ਕਹਿੰਦੇ ਵੀ ਗਨ ਕਲਚਰ ਨੂੰ ਠੱਲ ਪੈਣੀ ਚਾਹੀਦੀ ਆ ਅੱਧੇ ਕੇ ਲੋਕਾਂ ਦਾ ਇਹ ਕਹਿੰਦਾ ਕਿ ਨਹੀਂ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਵਿਗੜਿਆ ਹੋਇਆ ਤੇ ਪੰਜਾਬ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਸੁਰੱਖਿਆ ਵਾਸਤੇ ਹਥਿਆਰ ਚਾਹੀਦੇ ਆ ਅਸੀਂ ਕਈ ਵਾਰ ਅੱਗੇ ਵੀ ਗੱਲ ਕਹੀ ਆ ਪੰਜਾਬ ਦੇ ਵਿੱਚ ਹਥਿਆਰ ਰੱਖਣਾ ਮਾੜੀ ਗੱਲ ਨਹੀਂ ਪਰ ਹਥਿਆਰ ਨੂੰ ਚਲਾਉਣਾ ਕਦੋਂ ਆ ਇਹ ਸਿੱਖਣਾ ਬੜਾ ਜ਼ਰੂਰੀ ਆ ਕਈ ਲੋਕ ਇਹ ਗੱਲ ਕਹਿ ਦਿੰਦੇ ਆ ਪੰਜਾਬ ਦਾ ਮਾਹੌਲ ਖਰਾਬ ਆ ਪੰਜਾਬ ਦੇ ਵਿੱਚ ਬੰਦੂਕ ਸਭ ਕੋਲੇ ਹੋਣੀ ਚਾਹੀਦੀ ਹੈ ਹਥਿਆਰ ਰੱਖਣਾ ਸਾਡੇ ਸੱਭਿਆਚਾਰ ਦੇ ਵਿੱਚ ਆ ਸਾਡੇ ਗੁਰੂ ਸਾਹਿਬਾਨ ਨੇ ਵੀ ਗੱਲ ਕਹੀ ਹੈ ਪਰ ਬੇਨਤੀ ਇਹ ਆ ਗੁਰੂ ਸਾਹਿਬਾਨ ਨੇ ਇਹ ਵੀ ਗੱਲ ਕਹੀ ਹੈ ਕਿ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਹਥਿਆਰ ਚੁੱਕਣਾ ਜਦੋਂ ਕਿਸੇ ਦੀ ਰਾਖੀ ਕਰਨੀ ਹੈ ਉਦੋਂ ਹਥਿਆਰ ਚੁੱਕਣਾ ਇਹ ਨਹੀਂ ਗੱਲ ਕਹੀ ਵੀ ਵਿਆਹਾਂ ਦੇ ਵਿੱਚ ਜਾ ਕੇ ਗੋਲੀਆਂ ਚਲਾਉਣ ਲੱਗ ਜਾਓ ਇਹ ਨਹੀਂ ਗੱਲ ਕਹੀ ਵੀ ਜਨਮ ਦਿਨ ਦੀਆਂ ਪਾਰਟੀਆਂ ਦੇ ਵਿੱਚ ਤੁਸੀਂ ਹਥਿਆਰ ਚੱਕ ਕੇ ਆ ਜਾਓ ਤੇ ਉੱਥੇ ਤੁਸੀਂ ਦਹਿਸ਼ਤ ਪੈਦਾ ਕਰੋ ਇਦਾਂ ਦੀਆਂ ਗੱਲਾਂ ਨਹੀਂ ਕਹੀਆਂ ਗੁਰੂ ਸਾਹਿਬਾਨ ਨੇ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਦੇ ਉੱਤੇ ਕੱਲੀ-ਕੱਲੀ ਦੇ ਉੱਤੇ ਅਮਲ ਕਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਅਸੀਂ ਆਪਣੀ ਸਹੂਲਤ ਦੇ ਮੁਤਾਬਕ ਅੱਧੀਆਂ ਗੱਲਾਂ ਚੱਕ ਲਈਆਂ ਅੱਧੀਆਂ ਗੱਲਾਂ ਛੱਡ ਦਿੱਤੀਆਂ ਜਿਹੜੀਆਂ ਗੱਲਾਂ ਸਾਨੂੰ ਆਪਦੇ ਖਿਲਾਫ ਲੱਗਦੀਆਂ ਉਹ ਛੱਡਤੀਆਂ ਜਿਹੜੀਆਂ ਗੱਲਾਂ ਆਪਦੇ ਸੂਟ ਕਰਨੀਆਂ ਆਪਦੇ ਆਪ ਨੂੰ ਠੀਕ ਲੱਗਦੀਆਂ ਉਹ ਅਸੀਂ ਚੁਣ ਲਈਆਂ ਸੋ ਗੱਲ ਇਹੀ ਪੰਜਾਬ ਦੇ ਵਿੱਚ ਅੱਜਕੱਲ੍ਹ ਗਨ ਕਲਚਰ ਨਾਲ ਸੰਬੰਧਤ ਜਦੋਂ ਅਸੀਂ ਇਹ ਗੱਲ ਕਹਿੰਦੇ ਕਿ ਸੈਲਫ ਡਿਫੈਂਸ ਵਾਸਤੇ ਹਥਿਆਰ ਚਾਹੀਦਾ ਇਹ ਤਾਂ ਅਸੀਂ ਮੰਨਿਆ ਵੀ ਸਾਡੇ ਉੱਤੇ ਕੋਈ ਹਮਲਾ ਕਰਦਾ ਤਾਂ ਅਸੀਂ ਆਪ ਦੀ ਸਵੈ ਰਾਖੀ ਕਰਨੀ ਆ ਉਦੋਂ ਹਥਿਆਰ ਦੇ ਨਾਲ ਮੁਕਾਬਲਾ ਕਰਨਾ ਪਰ ਕਿਸੇ ਨੇ ਇਹ ਗੱਲ ਥੋੜੀ ਕਹੀ ਆ ਵੀ ਚਾਰਕ ਪੈਗ ਲਾਣ ਦੇ ਲਾਕੇ ਤੇ ਅਸੀਂ ਮੈਰੇਜ ਪੈਲਸ 'ਚ ਵੜ ਜਗੇ ਤੇ ਉਧਰ ਬੰਦੂਕਾਂ ਵਾਲੇ ਗਾਣੇ ਚੱਲਦੇ ਹੋਣ ਤੇ ਅਸੀਂ ਜੋਸ਼ ਦੇ ਵਿੱਚ ਆ ਕੇ ਉਵੇਂ ਗੋਲਗਾ ਚਲਾ ਗਏ ਜਿਵੇਂ ਹੁਣ ਤੱਕ ਚਲਾਉਂਦੇ ਰਹੇ ਆ ਜਿਵੇਂ ਮੌੜ ਮੰਡੀ ਦੇ ਵਿੱਚ ਇੱਕ ਡਾਂਸ ਕਰਨ ਦੀ ਕੁੜੀ ਸਟੇਜ ਦੇ ਉੱਤੇ ਮਾਰ ਦਿੱਤੀ ਸੀ ਉਹ ਵੀ ਕਿਹੜੀ ਸੂਰਮੰਗਤੀ ਸੀ ਇਹਨੂੰ ਕਿੰਨੇ ਕਹਿਆ ਸਿਬੇ ਭਾਈ ਤੂੰ ਵੀ ਹਥਿਆਰ ਰੱਖਿਆ ਕਰ ਸੋ ਹਥਿਆਰ ਰੱਖਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਕਿੰਨੀ ਵੱਡੀ ਹੁੰਦੀ ਹੈ ਕਰੇ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਹੈ ਲੰਘੇ ਕੱਲ ਕਾਂਗਰਸ ਦੇ ਵੱਲੋਂ ਇੱਕ ਬੜਾ ਮਹੱਤਵਪੂਰਨ ਨੁਕਤਾ ਚੁੱਕਿਆ ਗਿਆ ਬਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਯੂਥ ਕਾਂਗਰਸ ਦੇ ਆਗੂ ਨੇ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਗਲਤ ਫੈਸਲਾ ਕੀਤਾ ਗਿਆ ਗਨ ਕਲਚਰ ਦੇ ਖਿਲਾਫ ਗਲਤ ਫੈਸਲਾ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਵੇਲੇ ਦਹਿਸ਼ਤ ਕਰਦੀ ਹੈ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੋਂ ਬਾਅਦ ਲਗਾਤਾਰ ਧਮਕੀਆਂ ਮਿਲ ਰਹੀਆਂ ਸਭ ਨੂੰ ਤੇ ਪੰਜਾਬ ਦੇ ਵਿੱਚ ਜੇਕਰ ਹਥਿਆਰ ਵਾਪਸ ਲੈਣ ਦੀ ਗੱਲ ਚੱਲ ਪਈ ਜੇਕਰ ਲਾਇਸੈਂਸ ਰੱਦ ਕਰਨ ਦੀ ਗੱਲ ਤੁਰ ਪਈ ਇਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਨੇ ਹੱਥੇ ਛੱਡਣ ਵਾਲੀ ਗੱਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਕੋਲੇ ਬਹੁਤ ਸਾਰੇ ਕਲਾਕਾਰ ਆਏ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡਾ ਨਾਂ ਨਾ ਲਿਓ ਕਿਸੇ ਕੋਲੇ ਉਹ ਕਹਿੰਦੇ ਜੀ ਕਿ ਜੇਕਰ ਅਸੀਂ ਹਥਿਆਰਾਂ ਵਾਲੇ ਗੀਤ ਗਾਉਨੇ ਆ ਤਾਂ ਇਹ ਕਹਿੰਦੇ ਜੀ ਕਿ ਉਹਦੇ ਤੇ ਪਾਬੰਦੀ ਲੱਗੂਗੀ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਗਲਤ ਗੱਲ ਆ ਉਹ ਆਪ ਤਾਂ ਨਹੀਂ ਬੋਲਦੇ ਕਲਾਕਾਰ ਮੁਰੇ ਆ ਕੇ ਕਿਉਂਕਿ ਉਹਨਾਂ ਦੇ ਕੋਲੇ ਜਿਹੜੀ ਸਿਕਿਉਰਟੀ ਉਹ ਖਸ ਜਾਣੀ ਹੈ ਸਰਕਾਰ ਦੇ ਵਾਪਸ ਲੈ ਲੈਣੀ ਹੈ ਵੀ ਤਾਂ ਸਾਡੀ ਫੈਸਲੇ ਦੇ ਖਿਲਾਫਤ ਕਰਦੇ ਆ ਪਰ ਸਾਡੇ ਕੋਲੇ ਆਕੂ ਨੇ ਗੱਲ ਕਹੀ ਆ ਵੀ ਗਨ ਕਲਚਰ ਆ ਜਿਹੜਾ ਉਹ ਕੋਈ ਮਾੜਾ ਨਹੀਂ ਗਨ ਕਲਚਰ ਦੇ ਗੀਤਾਂ ਦੇ ਉੱਤੇ ਪਾਬੰਦੀ ਲਾਉਣੀ ਬੜੀ ਮਾੜੀ ਗੱਲ ਆ ਤੇ ਨਾਲ ਹੀ ਕਾਂਗਰਸ ਨੇ ਗੱਲ ਕਹੀ ਆ ਯੂਥ ਕਾਂਗਰਸ ਨੇ ਕਿ ਅਸੀਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦਫ਼ਤਰਾਂ ਦੇ ਮੂਹਰੇ ਪ੍ਰਦਰਸ਼ਨ ਵੀ ਕਰਾਂਗੇ ਤੇ ਉਹ ਗਨ ਕਲਚਰ ਵਾਲੇ ਗੀਤ ਵੀ ਚਲਾਵਾਂਗੇ ਉੱਚੀ ਉੱਚੀ ਤੇ ਸਾਡੇ ਉੱਤੇ ਜਿਹੜੇ ਕਾਨੂੰਨ ਦੇ ਤਹਿਤ ਕਾਰਵਾਈ ਕਰਨੀ ਕਰ ਲਿਓ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਬੜੀ ਹੋਈ ਆ ਵੀ ਜਿਹੜੀ ਗੱਲ ਤੋਂ ਸਾਨੂੰ ਟੋਕਿਆ ਜਾਂਦਾ ਅਸੀਂ ਉਹੀ ਗੱਲ ਕਰਦੇ ਆ ਡੀਸੀ ਦਫ਼ਤਰਾਂ ਦੇ ਮੂਰੇ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ ਐਸਐਸਪੀ ਦਫ਼ਤਰ ਦੇ ਮੂਰੇ ਪ੍ਰਦਰਸ਼ਨ ਕਰਨਾ ਸਾਡਾ ਅਧਿਕਾਰ ਹੋ ਸਕਦਾ ਪਰ ਅਸੀਂ ਉਹਨਾਂ ਨੂੰ ਗਾਣੇ ਸੁਣਾਵਾਂਗੇ ਉਹੀ ਜਿਹੜੇ ਗਾਣੇ ਨਹੀਂ ਚਲਾਉਣੇ ਚਾਹੀਦੇ ਇਹ ਗੱਲ ਰੜਕਦੀ ਆ ਇਹ ਇਦਾਂ ਗੱਲ ਹੋਣੀ ਨਹੀਂ ਚਾਹੀਦੀ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਪਣੀ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਨੇ ਹਥਿਆਰਾਂ ਦੇ ਲੈਸਨਸ ਰਿਵਿਊ ਕਰਨ ਦੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਦੇ ਗੀਤਾਂ ਦੇ ਉੱਤੇ ਪਾਬੰਦੀ ਦੇ ਫਰਮਾਨ ਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਹੈ ਯੂਥ ਕਾਂਗਰਸ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਨਜਾਇਜ਼ ਹਥਿਆਰ ਦਿਖਾਉਣ ਤੇ ਉਹਨਾਂ ਨੂੰ ਲੋਕ ਮਾਰਨ ਦੀ ਖੁੱਲੀ ਛੋਟ ਹੈ ਪਰ ਜਿਹੜੇ ਲੋਕਾਂ ਨੇ ਲਾਇਸੈਂਸੀ ਹਥਿਆਰ ਆਪਣੀ ਸੁਰੱਖਿਆ ਵਾਸਤੇ ਲਏ ਹੋਏ ਨੇ ਉਹਨਾਂ ਦਾ ਰਿਵਿਊ ਦਾ ਹੁਕਮ ਦੇ ਕੇ ਸਰਕਾਰ ਦੇ ਵੱਲੋਂ ਇਹ ਹਥਿਆਰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਦੇ ਗੀਤਾਂ ਦੇ ਉੱਤੇ ਸੂਬਾ ਸਰਕਾਰ ਦੀ ਪਾਬੰਦੀ ਨੂੰ ਯੂਥ ਕਾਂਗਰਸ ਨੇ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਦੇ ਉੱਤੇ ਡਾਕਾ ਘਰਾੜ ਦੁੱਤਾ ਸੰਵਿਧਾਨ ਦੇ ਆਰਟੀਕਲ 19 ਨੂੰ ਲੈ ਕੇ ਜਲੰਧਰ ਦੇ ਵਿੱਚ ਯੂਥ ਕਾਂਗਰਸ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਦੇ ਵਿੱਚ ਹੋਈ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਆ ਢਿੱਲੋਂ ਨੇ ਕਿਹਾ ਕਿ ਉਹ ਸਰਕਾਰ ਦੇ ਗਨ ਕਲਚਰ ਨੂੰ ਲੈ ਕੇ ਆਏ ਦੋਨੋਂ ਫੈਸਲਿਆਂ ਦਾ ਵਿਰੋਧ ਕਰਨਗੇ ਉਹਨਾਂ ਨੇ ਕਿਹਾ ਕਿ ਸਰਕਾਰ ਖੁਦ ਹੀ ਸੈਂਸਰ ਬੋਰਡ ਬਣ ਗਈ ਹੈ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੀਤਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਦੇ ਨਾਲ ਨੌਜਵਾਨਾਂ 'ਤੇ ਅਸਰ ਪੈਂਦਾ ਹੈ। ਪਰ ਸਰਕਾਰ ਜੇ ਉਹਨਾਂ ਦੇ ਉੱਤੇ ਪਾਬੰਦੀ ਲਾਉਣਾ ਹੀ ਚਾਹੁੰਦੀ ਹੈ ਤਾਂ ਸੈਂਸਰ ਬੋਰਡ ਨੂੰ ਲਿਖੇ ਜਾਂ ਫਿਰ ਸੂਬੇ ਦੇ ਵਿੱਚ ਆਪਣਾ ਸੈਂਸਰ ਬੋਰਡ ਗਠਿਤ ਕਰਨਾ ਚਾਹੀਦਾ। ਨਹੀਂ ਤਾਂ ਬੇਤੁਕੇ ਤਰੀਕੇ ਨਾਲ ਗੀਤਾਂ ਦੇ ਉੱਤੇ ਪਾਬੰਦੀ ਲਾਉਣਾ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਲਾਉਣ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਯੂਥ ਕਾਂਗਰਸ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਾਰੇ ਡੀਸੀ ਤੇ ਐਸਐਸਪੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰੇਗੀ ਤੇ ਇਹਨਾਂ ਗੀਤਾਂ ਨੂੰ ਚਲਾਵੇਗੀ ਵੀ ਫਿਰ ਦੇਖਦੇ ਹਾਂ ਸਰਕਾਰ ਕਿਹੜੇ ਕਾਨੂੰਨ ਦੇ ਤਹਿਤ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਦੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬੀ ਸਭਿਆਚਾਰ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਕਿ ਯੂਥ ਕਾਂਗਰਸ ਦੇ ਪ੍ਰਧਾਨ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਹੈ ਜੀ ਕਿ ਗੀਤ ਆ ਜਿਹੜੇ ਹਥਿਆਰਾਂ ਨਾਲ ਸੰਬੰਧਤ ਇਹਨਾਂ ਦੇ ਉੱਤੇ ਪਾਬੰਦੀ ਲਾਉਣੀ ਇਹ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਲਾਉਣ ਵਾਲੀ ਗੱਲ ਹੈ ਮੈਂ ਇਹਦੇ ਨਾਲ ਇੱਕ ਪੈਸਾ ਵੀ ਸਹਿਮਤ ਨਹੀਂ ਹਾਂ ਉਹਦਾ ਕਾਰਨ ਇਹ ਹੈ ਵੀ ਉਹ ਆਜ਼ਾਦੀ ਵੀ ਕੀ ਕਰਨੀ ਜਿਹੜੀ ਕਿ ਜਵਾਨੀ ਨੂੰ ਕੁਰਾਹੇ ਪਾਉਂਦੀ ਹੋਵੇ ਹੁਣ ਤੱਕ ਇਹੋ ਜਿਹਾ ਕੁਝ ਹੀ ਚੱਲਦਾ ਰਿਹਾ ਜਦੋਂ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਦੋਂ ਵੀ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਦੇ ਵਿੱਚ ਇਹ ਗੱਲ ਸ਼ਾਮਲ ਕੀਤੀ ਗਈ ਸੀ ਕਿ ਇਲਾਕੇ ਦੇ ਸਬੰਧਤ ਖੇਤਰ ਦੇ ਕਲਾਕਾਰਾਂ ਦੇ ਨਾਲ ਮੀਟਿੰਗ ਕੀਤੀ ਜਾਵੇ ਹਿੰਸਕ ਗੀਤ ਤੇ ਨਸ਼ਿਆਂ ਵਾਲੇ ਗੀਤ ਨਾ ਗਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਪਰ ਇੱਧਰ ਮੀਟਿੰਗ ਹੁੰਦੀ ਸੀ ਅਗਲੇ ਦਿਨ ਉਹਨਾਂ ਕਲਾਕਾਰਾਂ ਦੇ ਵਿੱਚੋਂ ਹੀ ਦੋ ਚਾਰਾਂ ਦੇ ਗਾਣੇ ਆ ਜਾਂਦੇ ਸੀ ਉਹ ਫੇਰ ਚੱਕਲੋ ਚੱਕਲੋ ਉਹੀ ਹਥਿਆਰ ਉਹੀ ਬੰਬ ਬੰਦੂਕਾਂ ਉਹੀ ਰਿਵਾਲਵਰ ਉਹੀ ਗੰਡਾਸੇ ਗਾਣਿਆਂ ਦੇ ਵਿੱਚ ਫੇਰ ਜ਼ਿਕਰ ਹੁੰਦਾ ਸੀ ਉਹ ਮੀਟਿੰਗਾਂ ਨੂੰ ਮੂੰਹ ਚੜਾਉਂਦੇ ਪ੍ਰਤੀਤ ਹੁੰਦੇ ਸੀ ਕਲਾਕਾਰ ਕਲਾਕਾਰਾਂ ਨੂੰ ਨਿੱਜੀ ਤੌਰ ਦੇ ਉੱਤੇ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਗੱਲ ਇਹ ਨਹੀਂ ਕਿ ਕਾਨੂੰਨ ਕੀ ਕਹਿੰਦਾ ਕਾਨੂੰਨ ਬਹੁਤ ਕੁਝ ਕਹਿੰਦਾ ਆਪਾਂ ਕਿੰਨਾ ਕਾਨੂੰਨ ਦਾ ਪਾਲਣ ਕਰਦੇ ਹਾਂ ਪਤਾ ਹੀ ਐ ਜਦ ਕਿ ਸਾਨੂੰ ਸਭ ਤਰ੍ਹਾਂ ਦਾ ਪਾਲਣ ਕਰਨਾ ਚਾਹੀਦਾ ਪਰ ਸਾਨੂੰ ਵਿਅਕਤੀ ਦੇ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਮੈਂ ਕੀ ਗਾਉਣਾ ਮੈਂ ਕੀ ਲਿਖਣਾ ਮੈਂ ਕੀ ਪੇਸ਼ ਕਰਨਾ ਇਹ ਪੱਤਰਕਾਰ ਦੇ ਲਈ ਵੀ ਜ਼ਰੂਰੀ ਹੈ ਇਹ ਗਵਈਏ ਲਈ ਵੀ ਜ਼ਰੂਰੀ ਹੈ ਇਹ ਬਾਕੀ ਸਭ ਲੋਕਾਂ ਦੇ ਵਾਸਤੇ ਵੀ ਜ਼ਰੂਰੀ ਹੈ ਕਿ ਪੰਜਾਬ ਨੂੰ ਇਸ ਵੇਲੇ ਚਾਹੀਦਾ ਕੀ ਹੈ ਹੁਣ ਤੁਸੀਂ ਦੇਖੋ ਵੀ ਸੁਤਿੰਦਰ ਸਰਤਾਜ ਨੇ ਕਿਹੜਾ ਬੰਦੂਕਾਂ ਵਾਲੇ ਗੀਤ ਕਦੇ ਗਾਏ ਆ ਪਰ ਅੱਜ ਉਹਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ੋਅ ਲਾਉਣ ਵਾਲੇ ਕਲਾਕਾਰਾਂ ਦੇ ਵਿੱਚ ਨਾ ਅਮਰਿੰਦਰ ਗੱਲ ਨੇ ਕਿਹੜਾ ਕਦੇ ਬੰਦੂਕਾਂ ਵਾਲੇ ਗੀਤ ਗਾਏ ਆ ਪਰ ਉਹਦੇ ਕੋਲੇ ਬਹੁਤ ਸ਼ੋਅ ਆ ਹਰ ਭਜਨਮਾਨ ਨੇ ਕਿਹੜਾ ਕਦੇ ਬੰਦੂਕਾਂ ਵਾਲੇ ਗੀਤ ਗਾਏ ਆ ਪਰ ਉਹਦੇ ਕੋਲੇ ਵੀ ਕੰਮ ਦੀ ਘਾਟ ਨਹੀਂ ਕਮਰ ਗਰੇਵਾਲ ਦੇ ਕੋਲੇ ਕਿਹੜਾ ਬੰਦੂਕਾਂ ਵਾਲੇ ਗੀਤ ਹੈਗੇ ਆ ਉਹਨੇ ਤਾਂ ਇਹ ਗੱਲ ਕਹੀ ਸੀ ਵੀ ਭਾਈ ਪਿਸਤੌਲ ਬੰਦੂਕਾਂ ਦੀ ਗੱਲ ਨਹੀਂ ਤੇ ਉਹਨੇ ਇਹ ਵੀ ਗੱਲ ਕਹੀ ਸੀ ਵੀ ਕਲਾਕਾਰ ਭਾਈਚਾਰੇ ਨੂੰ ਆਪਣੇ ਨਾਂ ਦੇ ਨਾਲ ਬੰਦੂਕਾਂ ਵਾਲੀ ਗੱਲ ਨਹੀਂ ਜੋੜਨੀ ਚਾਹੀਦੀ ਸੋ ਉਹਨਾਂ ਕਲਾਕਾਰਾਂ ਦੀ ਵੀ ਕੋਈ ਘੱਟ ਇੱਜ਼ਤ ਨਹੀਂ ਕੋਈ ਘੱਟ ਸਤਿਕਾਰ ਨਹੀਂ ਜਿਨ੍ਹਾਂ ਨੇ ਕਦੇ ਬੰਦੂਕ ਬਾਰੇ ਬੰਬ ਬਾਰੇ ਹੋਛੀ ਬਿਰਤੀ ਵਾਲਾ ਗੀਤ ਗਾਇਆ ਹੀ ਨਹੀਂ ਪਰ ਉਹਨਾਂ ਲੋਕਾਂ ਦੀ ਵੀ ਘੱਟ ਨਹੀਂ ਜਿਹੜੇ ਇਸ ਗੱਲ ਤੋਂ ਬਿਨਾਂ ਕੋਈ ਹੋਰ ਗੱਲ ਕਰਦੇ ਹੀ ਨਹੀਂ ਸੋ ਯੂਥ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਤਰਫਦਾਰੀ ਨਾ ਕੀਤੀ ਜਾਵੇ ਜਿਹੜੇ ਕਿ ਬੰਬਾਂ ਬੰਦੂਕਾਂ ਵਾਲੇ ਗੀਤਾਂ ਦੀ ਪੇਸ਼ਕਾਰੀ ਕਰਦੇ ਆ ਹਾਂ ਉਦਾਂ ਅਸੀਂ ਇਹ ਗੱਲ ਚਾਹੁੰਦੇ ਆ ਵੀ ਜਿਹੜੇ ਲੋਕਾਂ ਨੂੰ ਸੁਰੱਖਿਆ ਚਾਹੀਦੀ ਹੈ ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਆ। ਉਹਨਾਂ ਦੇ ਲਾਇਸੈਂਸ ਵੀ ਰੱਦ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਕੋਲੇ ਸਵੈ ਰਾਖੀ ਵਾਸਤੇ ਹਥਿਆਰ ਚਾਹੀਦੇ ਹੀ ਚਾਹੀਦੇ ਹਨ। ਪਰ ਸਵੈ ਰਾਖੀ ਦੇ ਨਾਂ ਦੇ ਉੱਤੇ ਜਿਹੜੇ ਹੋਛੀ ਬਿਰਤੀ ਦੇ ਮਾਲਕ ਆ, ਜਿਹੜੇ ਕਿ ਕਿਤੇ ਵੀ ਗੋਲੀ ਚਲਾ ਦਿੰਦੇ ਆ, ਜਿਹੜੇ ਕਿ ਕਿਸੇ ਵੀ ਥਾਂ ਦੇ ਉੱਤੇ ਰੰਗ ਦੇ ਵਿੱਚ ਭੰਗ ਪਾਉਂਦੇ ਆ, ਜਿਹੜੇ ਕਿ ਵਿਖਾਵਾ ਵੱਧ ਕਰਦੇ ਆ, ਜਿਨ੍ਹਾਂ ਨੂੰ ਐਂ ਲੱਗਦਾ ਕਿ ਸਾਡੇ ਨੰਬਰ ਸਾਡਾ ਟੌ ਟੱਪਾਈ ਇਹ ਸਿਰਫ ਹਥਿਆਰਾਂ ਦੇ ਕਰਕੇ ਬਣਦਾ, ਉਹਨਾਂ ਦੇ ਕੋਲੇ ਹਥਿਆਰ ਨਹੀਂ ਚਾਹੀਦਾ। ਇਹ ਉੱਥੇ ਕਈ ਲੋਕ ਇਹੋ ਜਿਹੇ ਵੀ ਆ। ਜਿੱਥੇ ਬਾਂਦਰਾ ਨੂੰ ਗਲੇਲਾ ਫੜਾਉਣ ਵਾਲੀ ਗੱਲ ਸਾਬਤ ਹੁੰਦੀ ਹੈ ਸੋ ਉਹਨਾਂ ਲੋਕਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਸਰਕਾਰਾਂ ਨੂੰ ਉਹਨਾਂ ਲੋਕਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਸੈਂਸਰ ਬੋਰਡ ਬਣੇ ਇਹ ਵੀ ਅਸੀਂ ਹਮੇਸ਼ਾ ਕਾਮਨਾ ਕੀਤੀ ਹੈ ਪਰ ਨਾ ਤਾਂ ਕਾਂਗਰਸ ਦੀ ਸਰਕਾਰ ਨੇ ਬਣਾਇਆ ਨਾ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ ਤੇ ਨਾ ਹੀ ਸੂਬੇ ਦੀ ਸਰਕਾਰ ਇਸ ਵੇਲੇ ਸੂਬੇ ਦੇ ਵਿੱਚ ਸੈਂਸਰ ਬੋਰਡ ਬਣਾਉਣ ਦੀ ਗੱਲ ਕਰਦੀ ਹੈ ਆਪਣੇ ਤੌਰ ਦੇ ਉੱਤੇ ਆਪਦੇ ਟੱਬਰ ਦੇ ਵਿੱਚ ਸੈਂਸਰ ਬੋਰਡ ਹੋਣਾ ਚਾਹੀਦਾ ਕਲਾਕਾਰ ਨੂੰ ਆਪਦੇ ਟੱਬਰ ਦੇ ਜੀਆਂ ਨੂੰ ਮੁੱਖ ਰੱਖ ਕੇ ਗੀਤ ਗਾਉਣੇ ਚਾਹੀਦੇ ਆ ਲਿਖਣ ਵਾਲੇ ਨੂੰ ਟੱਬਰ ਦੇ ਜੀਆਂ ਨੂੰ ਮੁਖ ਰੱਖ ਕੇ ਗੀਤ ਲਿਖਣੇ ਚਾਹੀਦੇ ਆ ਤੇ ਫਿਰ ਲੋੜ ਹੀ ਨਹੀਂ ਬਾਹਰਲੇ ਕਿਸੇ ਸੈਂਸਰ ਬੋਰਡ ਦੀ ਸੋ ਕਲਾਕਾਰ ਇਹ ਨਾ ਕਹੇ ਕਿ ਭਾਈ ਸਾਡਾ ਕੰਮ ਨਹੀਂ ਚੱਲਦਾ ਇਹਨਾਂ ਗੀਤਾਂ ਤੋਂ ਬਿਨਾ ਸਾਡੀ ਰੋਜ਼ੀ ਰੋਟੀ ਨਹੀਂ ਚੱਲਦੀ ਬਹੁਤ ਕੁਝ ਚੱਲ ਸਕਦਾ ਜਿਹੜੇ ਕਲਾਕਾਰ ਅੱਜ ਸੋਹਣੇ ਪ੍ਰੋਗਰਾਮ ਲਾ ਰਹੇ ਆ ਉਦੇ ਵਿੱਚੋਂ ਬਹੁਤੇ ਉਹ ਆ ਜਿਹੜੇ ਕਿ ਬੰਬਾਂ ਬੰਦੂਕਾਂ ਦੀ ਗੱਲ ਨਹੀਂ ਕਰਦੇ ਸੋ ਇਸ ਵੇਲੇ ਗਨ ਕਲਚਰ ਦੇ ਉੱਤੇ ਚਰਚਾ ਕਈ ਤਰ੍ਹਾਂ ਦੀ ਆ ਕਈ ਲੋਕਾਂ ਦੇ ਪੱਖ ਦੇ ਵਿੱਚ ਆ ਕਈ ਲੋਕਾਂ ਦੇ ਖਿਲਾਫ ਆ ਪਰ ਯੂਥ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਮੂਰੇ ਪ੍ਰਦਰਸ਼ਨ ਕਰਾਂਗੇ ਤੇ ਨਾਲੇ ਵਜਾਵਾਂਗੇ ਉਹ ਗਾਣੇ ਜਿਨ੍ਹਾਂ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਆ ਪੰਜਾਬ ਦੇ ਵਿੱਚ ਗੋਲੀਆਂ ਚੱਲਦੀਆਂ ਸ਼ਰੀ ਆਮ ਚੱਲਦੀਆਂ ਤੇ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਆ ਜਾਂ ਪੰਜਾਬ ਦੇ ਨੇਤਾ ਇਹ ਗੱਲ ਕਹਿੰਦੇ ਆ ਕਿ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਵਾਸਤੇ ਕਸਰ ਕੋਈ ਨਹੀਂ ਛੱਡਦੇ ਹੁਣ ਤਾਂ ਪੰਜਾਬ ਦੇ ਵਿੱਚ ਤੁਲਨਾਤਮਕ ਕਿਹੜੀ ਚੱਲ ਰਹੀ ਆ ਕਿ ਪੰਜਾਬ ਦੇ ਵਿੱਚ ਕ੍ਰਾਈਮ ਵੱਧਾ ਜਾਂ ਯੂਪੀ ਤੇ ਬਿਹਾਰ ਦੇ ਵਿੱਚ ਵੱਧਾ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਕ੍ਰਾਈਮ ਆ ਜਿਹੜਾ ਉਹ 15ਵੇਂ ਨੰਬਰ ਦੇ ਉੱਤੇ ਆ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਗੱਲ ਕਹਿੰਦੇ ਆ ਕਿ ਭਾਰਤ ਦੇ ਵਿੱਚੋਂ ਪੰਜਾਬ 15ਵੇਂ ਨੰਬਰ ਦੇ ਉੱਤੇ ਆ ਅਪਰਾਧ ਦੇ ਮਾਮਲੇ ਦੇ ਵਿੱਚ ਤੇ ਯੂਪੀ ਰਾਜਸਥਾਨ ਤੇ ਬਿਹਾਰ ਇਹ ਤਿੰਨ ਸੂਬੇ ਜਿਹੜੇ ਉਹ ਪਹਿਲੇ ਤਿੰਨਾਂ ਦੇ ਵਿੱਚ ਆ ਸੋ ਹੁਣ ਵਿਰੋਧਕਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਤੁਸੀਂ ਤੁਲਨਾ ਹੀ ਆਪਣੀ ਬਿਹਾਰ ਤੇ ਯੂਪੀ ਦੇ ਨਾਲ ਕਰਨੀ ਆ ਤੇ ਫਿਰ ਤਾਂ ਪੰਜਾਬ ਦਾ ਪਾਰ ਉਤਾਰਾ ਹੋ ਗਿਆ ਇਹ ਸਾਰੀਆਂ ਗੱਲਾਂ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਪੰਜਾਬੀ ਗਾਇਕ ਬੱਬੂ ਮਾਨ ਨੂੰ ਵੀ ਧਮਕੀ ਮਿਲੀ ਆ ਧਮਕੀ ਮਿਲਣ ਤੋਂ ਬਾਅਦ ਮੁਹਾਲੀ ਵਾਲੀ ਜਿਹੜੀ ਕੋਠੀ ਆ ਬੱਬੂ ਮਾਨ ਦੀ ਉਹਦੇ ਬਾਹਰ ਸੁਰੱਖਿਆ ਦਾ ਪਹਿਰਾ ਲਾ ਦਿੱਤਾ ਗਿਆ ਪੰਜਾਬ ਦੇ ਗਵੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਲਖਾਰੀਆਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੇ ਕੁਝ ਕੁ ਹੋਰ ਲੋਕਾਂ ਨੂੰ ਜਿਹੜੇ ਵੱਖ-ਵੱਖ ਧਰਮਾਂ ਦੇ ਨਾਲ ਵਿਚਰਦੇ ਆ ਉਹਨਾਂ ਨੂੰ ਲਗਾਤਾਰ ਧਮਕੀਆਂ ਦਰ ਧਮਕੀਆਂ ਮਿਲ ਰਹੀਆਂ ਕਦੇ ਫਰੌਤਗਾਨੀ ਧਮਕੀ ਦਾ ਫੋਨ ਆਉਂਦਾ ਕਦੇ ਜਾਨੋਂ ਮਾਰਨ ਦਾ ਫੋਨ ਆ ਜਾਂਦਾ ਤੇ ਕਹਿੰਦੇ ਆ ਕਿ ਬੱਬੂ ਮਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਆ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਦੇ ਵੱਲੋਂ ਸਖਤੀ ਵਰਤੀ ਗਈ ਆ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਆ ਉਹ ਕਿਸੇ ਗੈਂਗ ਨਾਲ ਸਬੰਧਤ ਆ ਕੋਈ ਸ਼ਰਾਰਤੀ ਅਨਸਰ ਆ ਕੋਈ ਪ੍ਰਸ਼ੰਸਕ ਅਖੌਤੀ ਹੈ ਜਾਂ ਕੋਈ ਹੋਰ ਕਿਹੜੇ ਕੱਢੂ ਵਿਅਕਤੀ ਹੈ ਪਰ ਪੁਲਿਸ ਕਹਿੰਦੀ ਜੀ ਕਿ ਇਸ ਮਾਮਲੇ ਦੇ ਉੱਤੇ ਅਸੀਂ ਪੜਤਾਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਕਲਾਕਾਰ ਨੂੰ ਕੋਈ ਧਮਕੀ ਨਾ ਮਿਲੇ ਪੰਜਾਬ ਦੇ ਵਿੱਚ ਸਭ ਕੁਝ ਸੁਲੱਖਣਾ ਰਹੇ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬੀ ਗਾਇਕ ਬੱਬੂ ਮਾਨ ਨੂੰ ਜਾਨੋਂ ਮਾਰ ਦੀ ਧਮਕੀ ਮਿਲਣ ਤੋਂ ਬਾਅਦ ਮੁਹਾਲੀ ਵਿਚਲੀ ਉਹਨਾਂ ਦੀ ਕੋਠੀ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ ਭਰੋਸੇਯੋਗ ਸੂਤਰਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਪੁਲਿਸ ਨੂੰ ਇਸ ਗੱਲ ਦਾ ਡਰ ਹੈ ਕਿਤੇ ਕੋਈ ਪ੍ਰਸ਼ੰਸਕ ਦੇ ਭੇਸ ਦੇ ਵਿੱਚ ਬੱਬੂ ਮਾਨ ਦਾ ਨੁਕਸਾਨ ਕਰਨ ਵਾਸਤੇ ਨਾ ਪਹੁੰਚੇ ਇਸੇ ਕਰਕੇ ਲਗਾਤਾਰ ਦਿਨ ਰਾਤ ਦਾ ਪਹਿਰਾ ਬੱਬੂ ਮਾਨ ਦੀ ਕੋਠੀ ਦੇ ਬਾਹਰ ਸ਼ੁਰੂ ਕਰ ਦਿੱਤਾ ਗਿਆ ਇੱਥੇ ਵੀ ਦੱਸਣਾ ਮਰੰਦਾ ਹੈ ਕਿ ਬੱਬੂ ਮਾਨ ਦੇ ਵਿਦੇਸ਼ਾਂ ਦੇ ਵਿੱਚ ਵੀ ਲਗਾਤਾਰ ਸ਼ੋਅ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਵੀ ਤੇ ਪਿਛਲੇ ਕੁਝ ਸਮੇਂ ਤੋਂ ਬੱਬੂ ਮਾਨ ਸਮੇਤ ਕਈ ਹੋਰ ਲੋਕਾਂ ਨੂੰ ਧਮਕੀਆਂ ਮਿਲਣ ਦਾ سلسلہ جاری ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਈ ਕਲਾਕਾਰਾਂ ਨੂੰ ਹੋਰਨਾਂ ਨੂੰ ਵੀ ਧਮਕੀਆਂ ਵਾਲੇ ਫੋਨ ਆਏ ਨੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਕਲਾਕਾਰ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਵੀ ਚਲੇ ਗਏ ਨੇ ਤੇ ਕੁਝ ਕਲਾਕਾਰ ਪੰਜਾਬ ਦੇ ਵਿੱਚ ਇਸ ਵੇਲੇ ਵੀ ਵਿਚਰ ਰਹੇ ਨੇ ਸੋ ਪੰਜਾਬ ਦੇ ਵਿੱਚ ਇਸ ਵੇਲੇ ਕਲਾ ਜਗਤ ਦੇ ਉੱਤੇ ਅਨਸੁਖਾਵਾਂ ਵੇਲਾ ਚੱਲ ਰਿਹਾ ਪ੍ਰਤੀਤ ਹੁੰਦਾ ਜਦਕਿ ਇਸ ਵੇਲੇ ਨੂੰ ਸੁਖਾਵਾਂ ਕਰਨ ਦੇ ਲਈ ਸੂਬੇ ਦੀ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਵਚਨਬੱਧ ਹਾਂ ਬੱਬੂ ਮਾਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਕੌਣ ਹੈ ਬੱਬੂ ਮਾਨ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਫੜਿਆ ਜਾਏਗਾ ਕਿ ਨਹੀਂ ਇਹ ਧਮਕੀ ਕਿਹੜੀ ਕਾਰਨ ਕਰਕੇ ਦਿੱਤੀ ਗਈ ਹੈ ਕਿਸੇ ਗੈਂਗ ਗਰੁੱਪ ਦੇ ਵੱਲੋਂ ਦਿੱਤੀ ਗਈ ਹੈ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਦੇ ਵੱਲੋਂ ਜਾਣਬੁੱਝ ਕੇ ਸ਼ਰਾਰਤ ਕੀਤੀ ਗਈ ਹੈ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੈ ਪਰ ਫੋਨ ਦੇ ਉੱਤੇ ਆਈ ਹੋਈ ਧਮਕੀ ਤੋਂ ਬਾਅਦ ਪੰਜਾਬ ਦੀ ਪੁਲਿਸ ਚੌਕਸ ਹੋ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੇ ਗਲਤ ਅਸੀਂ ਕਹਾਂਗੇ ਬੱਬੂ ਮਾਨ ਦੇ ਕਈ ਗੀਤ ਚੰਗੇ ਵੀ ਆ ਤੇ ਸ਼ੁਰੂਆਤੀ ਦੌਰ ਦੇ ਵਿੱਚ ਕਈ ਗੀਤਾਂ ਦੇ ਉੱਤੇ ਕਿੰਤੂ ਵੀ ਹੋਈ ਆ ਤੇ ਜਿਹੜੀ ਗੱਲ ਦੇ ਉੱਤੇ ਕਿੰਤੂ ਹੋਈ ਆ ਉਹਦਾ ਵੀ ਜ਼ਿਕਰ ਕਰਨਾ ਬਣਦਾ ਪਰ ਉਸ ਤੋਂ ਬਾਅਦ ਬੱਬੂ ਮਾਨ ਨੇ ਜ਼ਿੰਦਗੀ ਦਾ ਉਹ ਮੋੜ ਕਟਿਆ ਜਿਹਦੇ ਵਿੱਚ ਉਹਦੇ ਵੱਲੋਂ ਬਹੁਤ ਸਾਰੇ ਚੰਗੇ ਗੀਤਾਂ ਦੀ ਵੀ ਪੇਸ਼ਕਾਰੀ ਕੀਤੀ ਗਈ ਆ ਜਿਹੜਾ ਵੀ ਕਲਾਕਾਰ ਚੰਗੇ ਗੀਤ ਗਾਉਂਦਾ ਉਹਦੀ ਸਾਰੇ ਦੀ ਅਸੀਂ ਸਿਫਤ ਵੀ ਕਰਦੇ ਆ ਚੰਗੀ ਚੀਜ਼ ਦੀ ਸਿਫਤ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਕਲਾਕਾਰਾਂ ਨੇ ਕੂਣੀ ਮੋੜ ਕਟਿਆ ਉਹਨਾਂ ਨੇ ਚੰਗੇ ਗੀਤ ਵੀ ਪੇਸ਼ ਕੀਤੇ ਆ ਤੇ ਚੰਗੇ ਤੋਂ ਉਲਟ ਵੀ ਪੇਸ਼ ਕੀਤੇ ਆ ਪਰ ਇਸ ਤਰੀਕੇ ਦੇ ਨਾਲ ਜਦੋਂ ਹੁਣ ਪੰਜਾਬ ਦੇ ਵਿੱਚ ਧਮਕੀਆਂ ਦਾ ਸਿਲਸਿਲਾ ਜਾਰੀ ਆ ਤਾਂ ਉਹ ਸਾਰਾ ਪੁਰਾਣਾ ਵੇਲਾ ਚ ਇਤੇ ਆ ਜਾਂਦਾ ਜਿਹੜਾ ਕਿ ਅੱਜ ਦੇ ਦੌਰ ਦੇ ਨਾਲ ਮੇਲ ਖਾਂਦਾ ਕਿਸੇ ਵੇਲੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਵੀ ਗੋਲੀਆਂ ਮਾਰ ਗਿਆ ਗੀਆਂ ਤੇ ਅੱਜ ਦੇ ਦੌਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਗੋਲੀਆਂ ਬਚਦੀਆਂ ਕਿਸੇ ਦੌਰ ਦੇ ਵਿੱਚ ਵਰਿੰਦਰ ਦੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਅੱਜ ਦੇ ਦੌਰ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਜਾਂਦਾ ਕਿਸੇ ਦੌਰ ਦੇ ਵਿੱਚ ਪਾਸ਼ ਨੂੰ ਮਾਰ ਦਿੱਤਾ ਜਾਂਦਾ ਤੇ ਅੱਜ ਦੇ ਦੌਰ ਦੇ ਵਿੱਚ ਕਈ ਕਲਾਕਾਰਾਂ ਨੂੰ ਫੋਨਾਂ ਦੇ ਉੱਤੇ ਧਮਕੀਆਂ ਮਿਲਦੀਆਂ ਕਿ ਤੁਹਾਡੀ ਅਸੀਂ ਜ਼ਿੰਦਗੀ ਨੂੰ ਖਤਮ ਕਰ ਦੇਣਾ ਜਦੋਂ ਕਲਾਕਾਰਾਂ ਨੂੰ ਇਹੋ ਜਿਹੀਆਂ ਧਮਕੀਆਂ ਮਿਲਦੀਆਂ ਹੋਣ ਤਾਂ ਉਹਨਾਂ ਦੇ ਅੰਦਰ ਕਿਵੇਂ ਜੇਰਾ ਪਊਗਾ ਕਿ ਉਹ ਭੀੜ ਦੇ ਮੂਹਰੇ ਖੜ ਕੇ ਆਪਣੇ ਫਾਂ ਦਾ ਮੁਜ਼ਾਹਰਾ ਕਰਨਗੇ ਕਲਾਕਾਰਾਂ ਦੇ ਵੱਡੇ ਹਿੱਸੇ ਦੇ ਮਨ ਦੇ ਵਿੱਚ ਇਸ ਵੇਲੇ ਡਰ ਪਸਰਿਆ ਹੋਇਆ ਉਹ ਇਹ ਸੋਚਦੇ ਆ ਵੀ ਯਾਰ ਜੇਕਰ ਅਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਗਾਉਨੇ ਆ ਮੂਰੇ 2000 3000 5000 7000 10000 ਕਿੰਨੇ ਵੀ ਲੋਕ ਖੜੇ ਆ ਜਿਹੜੇ ਕਿ ਉੱਥੇ ਮਨੋਰੰਜਨ ਕਰਨ ਆਏ ਆ ਉਹਨਾਂ ਦੇ ਵਿੱਚੋਂ ਕੀ ਪਤਾ ਕਿਹੜਾ ਸ਼ਰਾਰਤੀ ਅੰਸਰ ਹੋਵੇ ਕਿਹੜਾ ਸਮਾਜ ਵਿਰੋਧੀ ਅੰਸਰ ਹੋਵੇ ਕਿਹੜਾ ਉਹਨਾਂ ਦੇ ਬਾਰੇ ਗਲਤ ਸੋਚ ਲੈ ਕੇ ਆਇਆ ਹੋਵੇ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਪਹਿਲੇ ਦਰਜੇ ਦੇ ਕਲਾਕਾਰ ਜਿਨ੍ਹਾਂ ਦੇ ਅੱਜ ਦੀ ਤਰੀਕੇ ਦੇ ਵਿੱਚ ਪ੍ਰੋਗਰਾਮ ਬੜੇ ਬੁੱਕ ਹੁੰਦੇ ਆ ਉਹਨਾਂ ਨੇ ਆਪਣੇ ਪ੍ਰੋਗਰਾਮ ਕੈਂਸਲ ਕਰਨੇ ਸ਼ੁਰੂ ਕਰ ਦਿੱਤੇ ਆ ਸੋ ਭਾਵੇਂ ਬੱਬੂ ਮਾਨ ਤੇ ਭਾਵੇਂ ਪੰਜਾਬ ਦਾ ਕੋਈ ਹੋਰ ਗਾਇਕਾ ਸਭ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਿ ਕੱਲੇ ਬੱਬੂ ਮਾਨ ਦੀ ਕਿਉਂ ਪੂਰੇ ਪੰਜਾਬ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਆ ਪੰਜਾਬ ਦੇ ਕੱਲੇ-ਕੱਲੇ ਵਿਅਕਤੀ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਆ ਤਾਂ ਜੋ ਬੰਦੇ ਪੰਜਾਬ ਨੂੰ ਤਾਂ ਜੋ ਪੰਜਾਬ ਨੂੰ ਲੋਕ ਛੜ ਛੜ ਕੇ ਬਾਹਰ ਨੂੰ ਨਾ ਜਾਣ ਇਸ ਵੇਲੇ ਪੰਜਾਬ ਦੇ ਵਿੱਚ ਜੇਕਰ ਮਨ ਦੇ ਵਿੱਚ ਇਹੀ ਟੜਕੂ ਰਿਆ ਕਿ ਯਾਰ ਜੇ ਤਾਂ ਮੇਰਾ ਕੰਮ ਚੱਲ ਗਿਆ ਤਾਂ ਫਿਰ ਵਿੱਚੋਂ ਫਰੋਤੀ ਮੰਗਣ ਆਲੇ ਆ ਜਾਣਗੇ ਤੇ ਜੇ ਨਾ ਚੱਲਿਆ ਤੇ ਫਿਰ ਮੈਂ ਕੱਲਾ ਡੁੱਬ ਜੂੰਗਾ ਸੋ ਜਦੋਂ ਇਹ ਮਨ ਦੇ ਵਿੱਚ ਟੜਕੂ ਹੋਵੇ ਤਾ ਫਿਰ ਬੰਦਾ ਕਿਹੜਾ ਵਪਾਰ ਸ਼ੁਰੂ ਕਰੂਗਾ ਤੇ ਕਿਵੇਂ ਇੱਥੇ ਰਹੂਗਾ ਸਵਾਲਾਂ ਦਾ ਸਵਾਲ ਇਹ ਆ। ਸੋ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਜਿਹੜਾ ਕਿ ਛੇਤੀ ਕਿਤੇ ਅਜੇ ਤੱਕ ਪਤਾ ਨਹੀਂ ਲੱਗਦਾ। ਕਿਉਂਕਿ ਹੁਣ ਤੱਕ ਬੜੇ ਲੋਕਾਂ ਨੂੰ ਧਮਕੀਆਂ ਆਈਆਂ। ਉਹਨਾਂ ਧਮਕੀਆਂ ਦੇ ਵਿੱਚੋਂ ਇਕੜ-ਦੁਕੜ ਲੋਕਾਂ ਦਾ ਪਤਾ ਲੱਗਾ ਵੀ ਪਾਈਆ ਬਿਹਾਰ ਤੋਂ ਸੀ ਆ ਯੂਪੀ ਤੋਂ ਸੀ ਆ ਮਧ ਪ੍ਰਦੇਸ਼ ਤੋਂ ਸੀ ਜਿਨ੍ਹਾਂ ਨੇ ਧਮਕੀ ਦਿੱਤੀ ਹੈ। ਪਰ ਬਹੁਤਾ ਇਹਨਾਂ ਦਾ ਪਤਾ ਹੀ ਨਹੀਂ ਲੱਗਿਆ। ਖਾਸ ਕਰਕੇ ਜਿਹੜੀਆਂ ਬਾਹਰਲੇ ਮੁਲਕ ਦੇ ਵਿੱਚੋਂ ਫੋਨ ਕਾਲ ਆਉਂਦੀਆਂ ਧਮਕੀ ਵਾਲੀਆਂ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਵੀ ਇਹਦੇ ਪਿੱਛੇ ਕਾਰਨ ਕੀ ਆ। ਕਿਹੜੇ ਗੈਂਗ ਨੇ ਧਮਕੀ ਦਿੱਤੀ ਆ ਸੋ ਪੁਲਿਸ ਦਾ ਕੰਮ ਆ ਸਾਈਬਰ ਸੈੱਲ ਦਾ ਕੰਮ ਆ ਵੀ ਉਹਨਾਂ ਲੋਕਾਂ ਦਾ ਪਤਾ ਲਾਇਆ ਜਾਵੇ ਜਿਹੜੇ ਲਗਾਤਾਰ ਧਮਕੀਆਂ ਦਾ ਕਾਰੋਬਾਰ ਕਰਦੇ ਆ ਜਿਹੜੇ ਲਗਾਤਾਰ ਧਮਕੀਆਂ ਨੂੰ ਕਿੱਤਾ ਬਣਾ ਕੇ ਬੈਠੇ ਆ ਉਹ ਪੈਸੇ ਲੋਕਾਂ ਦੇ ਕੋਲੋਂ ਵਟੋਰਦੇ ਆ ਸੋ ਬੱਬੂ ਮਾਨ ਨੂੰ ਧਮਕੀਆਂ ਦੇਣ ਵਾਲਾ ਕੌਣ ਆ ਉਹ ਬੰਦੇ ਦੇ ਨਾਲ ਕੌਣ-ਕੌਣ ਹੋਰ ਜੁੜੇ ਹੋਏ ਆ ਕੀ ਇਹ ਕਿਸੇ ਸ਼ਰਾਰਤੀ ਅਨਸਰ ਅਧਿਕਾਰ ਆ ਜਾਂ ਕਿਸੇ ਗੈਂਗ ਦੇ ਨਾਲ ਜੁੜੀ ਹੋਈ ਗੱਲ ਆ ਜਾਂ ਇਹਦੇ ਪਿੱਛੇ ਕੋਈ ਹੋਰ ਕਹਿੜ ਹੈਗੀ ਆ ਇਹ ਵਕਤ ਦੱਸੂਗਾ ਪੁਲਿਸ ਦੇ ਵੱਲੋਂ ਸਹੀ ਪੜਤਾਲ ਕਰਨੀ ਚਾਹੀਦੀ ਆ ਲੰਗਕਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸੂਬੇ ਦੀ ਸਰਕਾਰ ਨੂੰ ਘੇਰਾ ਪਾਇਆ ਗਿਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਜਿਹੜਾ ਤੁਲਨਾ ਕਰਦੇ ਆ ਕਿ ਪੰਜਾਬ ਦੇ ਵਿੱਚ ਕ੍ਰਾਈਮ ਕਿੰਨਾ ਤੇ ਯੂਪੀ ਬਿਹਾਰ ਦੇ ਵਿੱਚ ਕਿੰਨਾ ਤਾਂ ਇਸ ਗੱਲ ਦੇ ਉੱਤੇ ਉਹ ਕਹਿੰਦੇ ਸ਼ਰਮ ਆਉਂਦੀ ਹੈ ਵੀ ਅਸੀਂ ਹੁਣ ਤੁਲਨਾ ਵੀ ਯੂਪੀ ਤੇ ਬਿਹਾਰ ਨਾਲ ਕਰਾਂਗੇ ਅਸੀਂ ਤਾਂ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਆ ਵੀ ਯੂਪੀ ਤੇ ਬਿਹਾਰ ਦੇ ਵਿੱਚ ਇੰਨਾ ਕ੍ਰਾਈਮ ਆ ਵੀ ਪੁੱਛੋ ਹੀ ਕੁਝ ਨਾ ਕਦੇ ਪੰਜਾਬ ਯੂਪੀ ਤੇ ਬਿਹਾਰ ਵਰਗਾ ਨਾ ਬਣ ਜੇ ਪਰ ਹੁਣ ਜਦੋਂ ਅਸੀਂ ਤੁਲਨਾ ਹੀ ਇਹ ਕਰਦੇ ਜੀ ਕਿ ਉਹਨਾਂ ਦੇ ਕੋਲੇ ਇੰਨੇ ਕਤਲ ਹੁੰਦੇ ਆ ਉਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਬਿਲਕੁਲ ਛੋਟੇ-ਮੋਟੇ ਕਟਨਾਵਾਵਾਂ ਵਾਪਰਦੀਆਂ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਟਨਾਵਾ ਛੋਟੀਆਂ-ਮੋਟੀਆਂ ਨਹੀਂ ਹੁੰਦੀਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਛੋਟੀਆਂ-ਮੋਟੀਆਂ ਕਟਨਾਵਾਵਾਂ ਵਾਪਰ ਰਹੀਆਂ ਜਦਕਿ ਯੂਪੀ ਤੇ ਬਿਹਾਰ ਦੇ ਵਿੱਚ ਤਾਂ ਕ੍ਰਾਈਮ ਸਿਖਰ ਦੇ ਉੱਤੇ ਪਹੁੰਚਿਆ ਹੋਇਆ ਪੰਜਾਬ ਦੇ ਵਿੱਚ ਬਹੁਤ ਘਟਾ ਜੇ ਘਟਾ ਇਹ ਖਤਮ ਹੋ ਜੇ ਜੇ ਵੱਧਾ ਤਾਂ ਇਹ ਘਟ ਜਾਵੇ ਪਹਿਲਾਂ ਇਸ ਰਿਪ ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਦੀਆਂ ਵਾਧੀਆਂ ਹੋਣਾਂ ਘਟਨਾਵਾਂ ਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਦਹਿਸ਼ਤ ਦਾ ਪਸਾਰਾ ਹੈ। ਲੰਘੇ ਕੱਲ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਰ ਦੇ ਨੇਤਾ ਨੇ ਉਹਨਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਨੂੰ ਘੇਰਾ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਇਸ ਵੇਲੇ ਜਦੋਂ ਤੁਲਨਾ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਯੂਪੀ ਤੇ ਬਿਹਾਰ ਦੇ ਨਾਲੋਂ ਘੱਟ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਇਸ ਗੱਲ ਦੇ ਉੱਤੇ ਸ਼ਰਮਿੰਦਗੀ ਹੁੰਦੀ ਹੈ ਕਿ ਅਸੀਂ ਤੁਲਨਾ ਵੀ ਕਿਹਦੇ ਨਾਲ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਾਪਰਦੀ ਇੱਕ ਵੀ ਘਟਨਾ ਬੜੀ ਮੰਦ ਭਾਗੀ ਹੈ। ਇੱਥੇ ਵੀ ਦਸਲਾ ਬਣਦਾ ਹੈ ਕਿ ਘਟਨਾਵਾਂ ਕਾਂਗਰਸ ਦੇ ਰਾਜ ਵਿੱਚ ਵੀ ਵਾਪਰ ਰਹੀਆਂ ਨੇ ਪਰ ਉਦੋਂ ਪੰਜਾਬ ਦੀ ਫਿਕਰਮੰਦੀ ਆਮ ਆਦਮੀ ਪਾਰਟੀ ਨੂੰ ਹੁੰਦੀ ਸੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਫਿਕਰਮੰਦੀ ਵਿਰੋਧੀ ਪਾਰਟੀਆਂ ਦੀ ਬਣੀ ਹੋਈ ਹੈ ਕਿ ਪੰਜਾਬ ਘੁਗ ਕਿਉਂ ਨਹੀਂ ਵਸ ਰਿਹਾ ਪੰਜਾਬ ਦੇ ਵਿੱਚ ਅਨਸੁਖਾਵੀਆਂ ਘਟਰਾਵਾਂ ਕਿਉਂ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ ਗੋਲੀਆਂ ਦੀ ਠਾਠਾ ਕਿਉਂ ਹੋ ਰਹੀ ਹੈ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਨਾ ਹੋਵੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਜੋ ਵੀ دہشت ਦਾ ਪਸਾਰਾ ਕਰਦੇ ਨੇ ਉਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵਰਤੀ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਪੰਜਾਬ ਕਿੱਥੇ ਜੇ ਖੜਾ ਅਪਰਾਧ ਦੇ ਮਾਮਲੇ ਦੇ ਵਿੱਚ ਤੇ ਬਾਕੀ ਸੂਬੇ ਕਿੱਥੇ ਜੇ ਖੜੇ ਆ। ਇਹ ਗੱਲ ਸੱਚੀ ਆ ਕਿ ਪੰਜਾਬ ਤੋਂ ਵੱਧ ਕ੍ਰਾਈਮ ਬਹੁਤ ਸਾਰੇ ਹੋਰ ਸੂਬਿਆਂ ਦੇ ਵਿੱਚ ਆ। ਪੰਜਾਬ ਸੂਬੇ ਦੇ ਵਿੱਚ ਜਿੰਨਾ ਕ੍ਰਾਈਮ ਹੁੰਦਾ ਉਹਨਾਂ ਯੂਪੀ ਦੇ ਇੱਕ ਸ਼ਹਿਰ ਦੇ ਵਿੱਚ ਕ੍ਰਾਈਮ ਇੱਕ ਸਾਲ ਦੇ ਵਿੱਚ ਹੋ ਜਾਂਦਾ ਇਹ ਗੱਲ ਗਲਤ ਨਹੀਂ ਹੈ ਪਰ ਜਿੰਨਾਕ ਵੀ ਪੰਜਾਬ ਦੇ ਵਿੱਚ ਕ੍ਰਾਈਮ ਹੁੰਦਾ ਭਾਵੇਂ ਇੱਕ ਗੋਲੀ ਚੱਲਦੀ ਹੈ ਤੇ ਭਾਵੇਂ ਅਨੇਕ ਗੋਲੀਆਂ ਚੱਲਦੀਆਂ ਗੋਲੀ ਤਾਂ ਗੋਲੀ ਹੈ ਜਦੋਂ ਗੋਲੀ ਚੱਲਦੀ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਇਸ ਕਰਕੇ ਪੈਦਾ ਹੁੰਦੀ ਹੈ ਕਿਉਂਕਿ ਇੱਥੇ ਪਹਿਲਾਂ ਚੱਲਦੀਆਂ ਨਹੀਂ ਸੀ ਇੱਥੇ ਹੁਣ ਅਚਾਨਕ ਵਾਧਾ ਹੋਇਆ ਜਿਹਦੇ ਕਰਕੇ ਪੰਜਾਬ ਦੇ ਲੋਕੇ ਚਾਹੁੰਦੇ ਜੀ ਕਿ ਐਦਾਂ ਦਾ ਕੁਝ ਨਾ ਹੋਵੇ ਨਾਲੇ ਅਗਲੀ ਗੱਲ ਇਹ ਆ ਵੀ ਇਹ ਸੂਬੇ ਦੀ ਸਰਕਾਰ ਤੇ ਸੂਬੇ ਦੀ ਪੁਲਿਸ ਦਾ ਜ਼ਿੰਮਾ ਹੁੰਦਾ ਕਿ ਨਿੱਕੇ ਤੋਂ ਨਿੱਕੇ ਅਪਰਾਧ ਨੂੰ ਵੀ ਖਤਮ ਕੀਤਾ ਜਾਵੇ ਛੋਟੀ ਤੋਂ ਛੋਟੀ ਕਟਨਾ ਨੂੰ ਵੀ ਪੜਿਆ ਜਾਵੇ ਵਾਚਾ ਜਾਵੇ ਤੇ ਉਹਦੇ ਉੱਤੇ ਸਖਤ ਕਾਰਵਾਈ ਹੋਵੇ ਜਿਹੜੇ ਵੀ ਗਲਤ ਅਨਸਰ ਅਸੀਂ ਇਸ ਗੱਲ ਨੂੰ ਕਹਿ ਕੇ ਇਸ ਗੱਲ ਨੂੰ ਦੁਹਰਾ ਕੇ ਤੇ ਖੁਦ ਨੂੰ ਪਰੇ ਨਹੀਂ ਕਰ ਸਕਦੇ ਕਿ ਯਾਰ ਬਾਕੀ ਸੂਬੇ ਦੇਖੋ ਉੱਥੇ ਕੀ ਕੁਝ ਹੁੰਦਾ ਇੰਉਂ ਤਾਂ ਹੋ ਸਕਦਾ ਵੀ ਪੰਜਾਬ ਨਾਲੋਂ ਵੱਧ ਘਟਨਾਵਾਂ ਕਿਸੇ ਹੋਰ ਦੇਸ਼ ਦੇ ਵਿੱਚ ਵਾਪਰਦੀਆਂ ਹੋਣ ਤੇ ਆਪਾਂ ਇਹ ਗੱਲ ਕਹਗੇ ਕਿ ਉਸ ਦੇਸ਼ ਦੇ ਵਿੱਚ ਦੇਖੋ ਕਿੰਨਾ ਨਸ਼ਾ ਪੰਜਾਬ ਦੇ ਵਿੱਚ ਤਾਂ ਹੈ ਹੀ ਥੋੜਾ ਜਿਹਾ ਅਸੀਂ ਇਹ ਗੱਲ ਕਹਗੇ ਕਿ ਉਸ ਦੇਸ਼ ਦੇ ਵਿੱਚ ਕਿੰਨੇ ਕਤਲ ਹੁੰਦੇ ਆ ਪੰਜਾਬ ਦੇ ਵਿੱਚ ਤਾਂ ਹੁੰਦਾ ਹੀ ਕਦੇ-ਕਦੇ ਕਤਲ ਆ ਸੋ ਇਹ ਕੋਈ ਉਦਾਹਰਣ ਦੇਣ ਵਾਲੀ ਗੱਲ ਨਹੀਂ ਪੰਜਾਬ ਦੇ ਵਿੱਚ ਜਿੰਨਾ ਵੀ ਕੁਝ ਗਲਤ ਹੋ ਰਿਹਾ ਭਾਵੇਂ ਉਹ ਛੋਟੀ ਗਿਣਤੀ ਦੇ ਵਿੱਚ ਹੈ ਭਾਵੇਂ ਵੱਡੀ ਗਿਣਤੀ ਦੇ ਵਿੱਚ ਹੈ ਉਹ ਸਾਰਾ ਕੁਝ ਠੀਕ ਹੋਣਾ ਚਾਹੀਦਾ ਤੇ ਵਿਰੋਧੀ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਜੇਕਰ ਆਪ ਜੀ ਨੇ ਵੇਲੇ ਸਿਰ ਇਨ੍ਹਾਂ ਮਸਲਿਆਂ ਦੇ ਉੱਤੇ ਗੌਰ ਫਰਮਾਈ ਕੀਤੀ ਹੁੰਦੀ ਆਪ ਜੀ 78 ਤੋਂ 18 ਸੀਟਾਂ ਤੇ ਨਹੀਂ ਆਉਂਦੇ ਸੀ ਆਪਜੀ ਤਿੰਨ ਸੀਟਾਂ ਦੇ ਉੱਤੇ ਨਹੀਂ ਸੀ ਆਉਂਦੇ ਤੇ ਸੱਤਾਧਾਰੀ ਧਿਰ ਨੂੰ 92 ਸੀਟਾਂ ਨਹੀਂ ਸੀ ਮਿਲਣਗੀਆਂ 92 ਵਿਧਾਇਕ ਰਹਣੇ ਨਹੀਂ ਸੀ ਬਣਨੇ ਸੋ ਜਿਨ੍ਹਾਂ ਨੂੰ 92 ਸੀਟਾਂ ਮਿਲੀਆਂ ਉਹ ਵੀ ਆਪਣੀ ਜ਼ਿੰਮੇਵਾਰੀ ਤੰਦ ਹੀ ਨਾਲ ਲੰਬਾਉਣ ਤੇ ਜਿਹੜੇ ਇਸ ਵੇਲੇ ਪਰੇ ਕੀਤੇ ਹੋਏ ਲੋਕਾਂ ਦੇ ਵੱਲੋਂ ਉਹ ਵੀ ਮਿਹਨਤ ਕਰਨ ਪੰਜਾਬ ਦੇ ਲੋਕਾਂ ਦੇ ਲਈ ਸਿਰ ਜੋੜ ਕੇ ਪੰਜਾਬ ਦੇ ਹਿੱਤਾਂ ਦੇ ਬਾਰੇ ਸੋਚਣ ਤਾਂ ਜੋ ਪੰਜਾਬ ਦੇ ਲੋਕ ਆ ਜਿਹੜੇ ਉਹ ਇੱਕ ਵਾਰ ਫਿਰ ਇਹਨਾਂ ਨੂੰ ਗੱਲ ਦੇ ਨਾਲ ਲਾ ਸਕਣ ਤੇ ਲਾਉਣਗੇ ਤਾਂ ਹੀ ਜੇਕਰ ਪੰਜਾਬ ਦੇ ਲੋਕਾਂ ਨੇ ਮਸਲੇ ਢਿੱਡੋਂ ਹੱਲ ਹੋਣਗੇ ਜੇ ਕੱਲੀ ਆਪਾਂ ਰੋਲਾ ਰਪਾਈ ਪਾਉਣਾ ਕਿ ਐਂ ਨਹੀਂ ਹੋਊਗਾ ਆ ਨਹੀਂ ਹੋਊਗਾ ਇਦਾਂ ਹੋਣਾ ਨਹੀਂ ਚਾਹੀਦਾ ਇਹਨਾਂ ਨੇ ਗਲਤ ਕਰਤਾ ਇਹਨਾਂ ਨੇ ਗਲਤ ਕਰਤਾ ਤਾਂ ਲੋਕਾਂ ਨੇ ਮਨ ਦੇ ਵਿੱਚ ਸਵਾਲ ਔੜਦਾ ਕਿ ਕੀ ਆਪਜੀ ਦੇ ਰਾਜ ਦੇ ਵਿੱਚ ਸਭ ਕੁਝ ਠੀਕ ਸੀ ਨਾ ਪਹਿਲੀਆਂ ਸਰਕਾਰਾਂ ਦੇ ਮੋਕੇ ਸਭ ਕੁਝ ਠੀਕ ਸੀ ਨਾ ਅੱਜ ਵਾਲੀ ਸਰਕਾਰ ਦੇ ਮੋਕੇ ਸਭ ਕੁਝ ਠੀਕ ਹੈ ਤੇ ਲੋਕਾਂ ਦੀ ਸਿਰਫ ਵਿਥਿਆਈ ਹੈ ਲੋਕ ਸਿਰਫ ਬੇਨਤੀ ਕਰ ਸਕਦੇ ਜੋ ਜੜੜੀ ਕਰ ਸਕਦੇ ਆ ਕਿ ਸਾਰਾ ਕੁਝ ਸਹੀ ਹੋਵੇ ਅਸੀਂ ਵੀ ਚਾਹੁੰਨੇ ਆਹੀ ਤਬਹਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਨਹੀਂ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ